ਬਹੁਤ ਸਾਰੇ ਬਾਈਏ ਆਉਂਦੇ ਨੇ ਕਿ ਸਾਡੇ ਕੋਲ ਬੱਚਾ ਪਲਦਾ ਨਹੀਂ, ਉਹ ਬਾਈਏ ਵੀਡੀਓ ਵੇਖੋ ਔਰ ਰਾਬਤਾ ਕਰ ਲਿਆ ਜੀ, ਇਨਸ਼ਾਅੱਲਾ ਬਾਈਆਂ ਨੂੰ ਪ੍ਰੋਪਰ ਅੱਛਾ ਗਾਈਡ ਕਰਾਂਗੇ। ਇਹ ਦੇਖ ਲਓ ਮਾਸ਼ਾਅੱਲਾ ਪਲਦਾ ਨਹੀਂ ਨਾ, ਪਹਿਲੇ ਸਟੈਪ 1 ਦੇ ਸਨ, ਇਹ ਵਾਲੇ ਸਟੈਪ 2 ਦੇ ਨੇ, ਚੈੱਕ ਕਰੋ ਮਾਸ਼ਾਅੱਲਾ ਬਹੁਤੀਆਂ ਕੱਢਣ ਲੱਗ ਪਏ ਨੇ। 100, 50, 70 ਬੱਚੇ ਉਹ ਸਨ ਔਰ 100 ਬੱਚੇ ਆਏ ਗਏ। ਜਿਹੜੇ ਬਾਈ ਆਉਂਦੇ ਨਾ ਕਿ ਨਹੀਂ ਪਲਦਾ ਸਾਨੂੰ ਪ੍ਰੋਪਰ ਪਤਾ ਨਹੀਂ ਹੈ, ਉਹ ਬਾਈ ਰਾਬਤਾ ਕਰ ਲਿਆ ਜੇ ਔਰ ਵੀਡੀਓ ਵਾਚ ਕਰ ਲਓ, ਇਨਸ਼ਾਅੱਲਾ ਬਾਈਆਂ ਨੂੰ ਇਨਫੋਰਮੇਸ਼ਨ ਅੱਛੀ ਮਿਲੇਗੀ ਔਰ ਜਿਸ ਬਾਈ ਨੂੰ ਫਿਰ ਵੀ ਨਾ ਪਤਾ ਲੱਗੇ ਉਹ ਮੇਰੇ ਬਾਈ ਰਾਬਤਾ ਕਰ ਲਿਆ ਜੇ, ਨੰਬਰ ਵੀਡੀਓ ਦੇ ਵਿੱਚ ਮੌਜੂਦ ਹੈ। ਚਵਾ ਕਰਮਾ ਲਈਆਂ ਦੀਆਂ ਚੈੱਕ ਕਰੋ ਮਾਸ਼ਾਅੱਲਾ, ਅਜੇ ਵੀ ਸਾਰੇ ਜਾਨਵਰ ਬੈਠੇ ਨੇ ਉਸੇ ਤਰ੍ਹਾਂ ਹੀ। ਮਾਸ਼ਾਅੱਲਾ ਅੱਜ ਤਕਰੀਬਨ ਮੇਰੇ ਖਿਆਲ ਨਾਲ ਅਗਸਤ ਦੀ ਵੀ ਕੋਈ 22 ਹੋ ਗਈ ਹੈ, ਕਨਫਰਮ ਯਾਦ ਨਹੀਂ, ਮੇਰੇ ਖਿਆਲ ਨਾਲ ਕੋਈ 22 ਤਰੀਕ ਹੋਣੀ ਹੈ। ਚੈੱਕ ਕਰੋ ਮਾਸ਼ਾਅੱਲਾ, ਚੱਲ 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 ਚੱਲ, ਤੂੰ ਨਾ ਉੱਠਿਆ ਕਰ, ਫੁੱਲ ਮੁੱਲਾ ਉੱਠ ਜਾਂਦਾ। ਵੀਰਕ ਪੀਕੋ ਫਾਰਮ ਤੋਂ ਚੱਕ ਕਰੋ ਮਾਸ਼ਾਅੱਲਾ, ਉਸੇ ਤਰ੍ਹਾਂ ਹੀ ਰੌਣਕਾਂ ਲੱਗੀਆਂ ਨੇ। ਹੁਣ ਆਂਡਿਆਂ ਦੀ ਐਵਰੇਜ ਥੋੜ੍ਹੀ ਜਿਹੀ ਘਟੀ ਹੈ, ਵਿੱਚ ਵਿੱਚ ਖੁੱਡਿਆਂ ਦੇ ਵਿੱਚ ਨਾ 8-8, 10-10 ਆਂਡੇ ਨੇ। ਬਾਕੀ ਮਾਸ਼ਾਅੱਲਾ ਚੈੱਕ ਕਰ ਲਓ ਸਾਰੇ ਕਿ ਜਿਹੜੇ ਨਾ ਪਰੀਚੇ ਪਏ ਨੇ ਜੀ ਉਸੇ ਤਰ੍ਹਾਂ ਹੀ ਆਂਡਿਆਂ ਦੇ ਨਾਲ, ਇਹ ਬੱਚੇ ਨਿਕਲਦੇ ਪਏ ਨੇ 31 ਤਰੀਕ 'ਤੇ ਮਾਸ਼ਾਅੱਲਾ। ਲਓ ਜੀ ਮੇਰੇ ਬਾਈ, ਸ਼ਾਮ ਟਾਈਮ ਦਾ ਨਜ਼ਾਰਾ ਚੈੱਕ ਕਰੋ, ਕਿਵੇਂ ਖੁਸ਼ ਪਾਜ ਫਿੱਟ ਹੋ ਰਹੇ ਨੇ। ਇਹਦੇ ਆ ਛੋਟੇ ਨੇ, ਇਹ ਬਲਬ ਦੇ ਥੱਲੇ ਬੜੇ ਨੇ, ਬਾਹਰ ਪੱਲਾ ਛੱਲਾ ਲਾਇਆ, ਇਹਨਾਂ ਇਹਨਾਂ ਓਪਨ ਰੱਖਿਆ ਜਾਲੀ। ਬਲਬ ਵੀ ਬਾਲਿਆ, ਜਿਹਨੂੰ ਸਰਦੀ ਲੱਗੇ ਉਹ ਹੀਟ ਥੱਲੇ ਆ ਜਾਏ ਔਰ ਜਿਹਨੂੰ ਗਰਮੀ ਲੱਗੇ ਉਹ ਬਾਹਰ ਅੱਗੇ ਪਿੱਛੇ ਹੋ ਜਾਏ, ਕੁਝ ਪਰਾਂ ਲੇਟ ਰਹੇ ਨੇ। ਬਾਕੀ ਆ ਚੈੱਕ ਕਰੋ ਮਾਸ਼ਾਅੱਲਾ, ਇਸੇ ਤਰ੍ਹਾਂ ਛੋਟੇ ਬੱਚੇ ਨੇ। ਤਰੱਕੀ ਠੰਡ ਤੋਂ ਬਾਅਦ ਵਾਰੀ ਆ ਜਾਂਦੀ ਮੋਰਾਂ ਦੇ ਬੱਚਿਆਂ ਦੀ, ਖੁਰਾਕ ਪਾਈ ਹੈ, ਵੇਖੋ ਕਿਵੇਂ ਮਾਸ਼ਾਅੱਲਾ ਖਾ ਰਹੇ ਨੇ। ਇਹ ਆਂਡੇ ਨੇ, ਇਸ ਛਾਨਣੀ ਦੀ ਮਦਦ ਦੇ ਨਾਲ ਜਿਹੜਾ ਨਾ ਉਹਨਾਂ ਨੂੰ ਕਰ ਲੈਣਾ ਬਰੀਕ, ਬਰੀਕ ਕਰਕੇ ਕੁਝ ਵਿੱਚ ਫੀਡ ਵੈਸੇ ਪਾ ਦੇਣੀ ਹੈ, ਉੱਤੇ ਉੱਤੇ ਆਂਡਾ ਪਾ ਦੇਣਾ। ਆਂਡੇ ਇੰਨੇ ਬੱਚੇ ਨੂੰ, ਮਤਲਬ ਕਿ 100 ਬੱਚਾ ਹੈ, 100 ਬੱਚਿਆਂ ਨੂੰ ਮੈਕਸੀਮਮ 3 ਆਂਡੇ ਸੁਬਹਾ ਔਰ 3 ਆਂਡੇ ਸ਼ਾਮ ਨੂੰ ਪਾਉਣੇ ਚਾਹੀਦੇ ਨੇ। ਹੁਣ ਦੇਖਿਆ ਜੇ ਕਿਵੇਂ ਚੰਬੜਦੇ, ਜਿਹੜੇ ਨਹੀਂ ਨਾ ਚੰਬੜੇ ਉਹ ਵੀ ਦੇਖਿਆ ਜੇ ਹੁਣ ਭੱਜਦੇ ਕਿਵੇਂ। ਚਲੋ ਸ਼ਾਬਾ, ਦੇਖੋ ਮਾਸ਼ਾਅੱਲਾ, ਇਹ ਤਕਰੀਬਨ ਵਿੱਚ ਕੁਝ 5 ਦਿਨਾਂ ਦੇ ਹੋ ਗਏ ਨੇ, ਕੁਝ ਵਿੱਚ 12-14 ਦਿਨਾਂ ਦੇ ਨੇ। ਕਿਵੇਂ ਦੇਖੋ ਮਾਸ਼ਾਅੱਲਾ ਖਾ ਰਹੇ ਨੇ,
ਬਾਕੀ ਜਿਹੜਾ ਬੱਚਾ ਨਾ ਉਹ ਦੂਸਰੀ ਸਾਈਡ ਦੇ ਵਿੱਚ, ਜਿਹੜਾ ਛੋਟਾ ਬੱਚਾ ਹੁੰਦਾ ਸੀ ਦੂਸਰੀ ਸਾਈਡ ਤੇ ਕਰਦੀ ਦਾ, ਔਰ ਜਿਹੜਾ ਵੱਡੇ ਹੁੰਦੇ ਨੇ ਉਹ ਇਸ ਸਾਈਡ ਤੇ ਕਰਦੇ ਨੇ। ਤੁਹਾਨੂੰ ਪਤਾ ਸਟੈਪ ਬਾਏ ਸਟੈਪ ਹੀ ਅਸੀਂ ਟੋਰੀ ਦੇ ਨੇ, ਉਸ ਤਰ੍ਹਾਂ ਜਿਹੜਾ ਨਾ ਨਿਜ਼ਾਮ ਠੀਕ ਰਹਿੰਦਾ। ਐਂ ਛੋਟੇ ਵੱਡੇ ਮਿਕਸ ਹੋ ਜਾਣ ਨਾ ਤੇ ਜਾਨਵਰ ਖਰਾਬ ਕਰਦੇ ਨੇ। ਬਾਕੀ ਕਿਸੇ ਦੋਸਤ ਭਾਈ ਨੇ ਕਾਰੋਬਾਰ ਕਰਨਾ ਹੋਵੇ, ਚਿਕਸ ਦਾ ਮਾਸ਼ਾਅੱਲਾ ਬੜਾ ਅੱਛਾ ਕਾਰੋਬਾਰ ਹੈ, ਮਾਲੂਮਾਤ ਲੈਣੀ ਹੋਵੇ, ਇਨਫੋਰਮੇਸ਼ਨ ਲੈਣੀ ਹੋਵੇ ਤਾਂ ਲੈ ਸਕਦਾ, ਮੇਰੇ ਭਾਈ ਦਾ ਰਾਬਤਾ ਵੀਡੀਓ ਦੇ ਵਿੱਚ ਮੌਜੂਦ ਹੁੰਦਾ। ਸਭ ਤੋਂ ਬੈਸਟ ਕਾਰੋਬਾਰ ਮੈਂ ਕਹਿੰਦਾ ਕਿ ਪੋਲਟਰੀ ਦੇ ਵਿੱਚ, ਮੋਰ ਦਾ, ਉਸ ਤੋਂ ਬਾਅਦ ਟਰਕੀ ਦਾ, ਔਰ ਉਸ ਤੋਂ ਬਾਅਦ ਫੀਲੈਂਡ ਦਾ, ਸਭ ਉਸ ਤੋਂ ਬਾਅਦ ਪੈਰਟ ਦਾ, ਇਸ ਤਰ੍ਹਾਂ ਸਟੈਪ ਸਟੈਪ ਮੁਰਗੀ ਦਾ ਸਭ ਤੋਂ ਗੰਦਾ ਕਾਰੋਬਾਰ ਮੇਰੀ ਨਜ਼ਰ ਵਿੱਚ, ਔਰ ਸਭ ਤੋਂ ਬੈਸਟ ਅੱਛਾ ਕਾਰੋਬਾਰ ਔਰ ਸਾਫ਼ ਸੁਥਰਾ ਨਫੀਸ ਕਾਰੋਬਾਰ ਮੋਰ ਦਾ। ਸੁਬਹਾ ਖੁਰਾਕ ਪਾ ਦਿਓ, ਪਾਣੀ ਰੱਖ ਦਿਓ ਛੁੱਟੀ, ਉਸ ਤੋਂ ਬਾਅਦ ਸ਼ਾਮੀ ਚੈੱਕ ਕਰੋ, ਸਾਰਿਆਂ ਖਾ ਪੀ ਜਾਣੇ ਨੇ ਮਾਸ਼ਾਅੱਲਾ। ਇਸ ਤਰ੍ਹਾਂ ਹੀ ਜੀਰੋ ਸਾਲ ਬੱਚੇ ਦਾ ਸਟੈਪ ਹੋਵੇ, ਸਾਰੇ ਇੰਜ ਫਿਰਦੇ ਟੁਰਦੇ ਪਏ ਨੇ ਵਿੱਚ ਵਿੱਚ। ਬਾਕੀ ਜੇ ਭਾਈ ਨੂੰ ਬੱਚਾ ਚਾਹੀਦਾ ਹੋਵੇ 3 ਮਹੀਨੇ ਦਾ, ਬਲੂ ਸ਼ੋਲਡਰ, ਬਲੈਕ ਸ਼ੋਲਡਰ, ਵਾਈਟ ਔਰ ਵਾਈਟ ਅਵੇਲੇਬਲ ਹੈ, ਮਿਲ ਜਾਏਗਾ। ਰਾਬਤਾ ਨੰਬਰ ਨੋਟ ਕਰ ਲਓ, 0304-62-04-88-90, 0343-34-28-173। ਕੁਆਲਿਟੀ ਤੁਹਾਡੇ ਸਾਹਮਣੇ ਮਾਸ਼ਾਅੱਲਾ ਵੀ ਰੱਖੀ ਕੋ ਖਾਮ ਦੀ। ਸਟੈਪ 2 ਤੋਂ ਬਾਅਦ ਸਟੈਪ ਆ ਜਾਂਦਾ 3, ਚੈੱਕ ਕਰੋ ਮਾਸ਼ਾਅੱਲਾ, ਬਲੂ ਸ਼ੋਲਡਰ, ਬਲੈਕ ਸ਼ੋਲਡਰ, ਵਾਈਟ ਔਰ ਪਾਈਡ। ਇਹ 2.25 ਮਹੀਨੇ ਦੇ ਨੇ, ਵਿੱਚ ਕੋ 2.5 ਮਹੀਨੇ ਦੇ ਨੇ, ਫਿਰ ਵੱਡੇ ਵੱਡੇ ਤੁਹਾਨੂੰ ਨਜ਼ਰ ਆਉਂਦੇ ਭਾਵੇਂ 2.5 ਮਹੀਨੇ ਦੇ ਨੇ, ਬਾਕੀ ਜਿਹੜੇ ਛੋਟੇ ਨੇ ਉਹ 2.25 ਮਹੀਨੇ ਦੇ ਨੇ। ਚੈੱਕ ਕਰੋ ਮਾਸ਼ਾਅੱਲਾ, ਸਾਰੇ ਹੈਲਦੀ ਐਕਟਿਵ ਸਾਫ਼ ਸੁਥਰੇ ਪੀਸ ਨੇ। ਇਹ ਨੇ 4.5 ਮਹੀਨੇ ਦੇ, ਚੈੱਕ ਕਰੋ ਮਾਸ਼ਾਅੱਲਾ, ਮਾਦੀ ਕੁਆਲਿਟੀ ਚੈੱਕ ਕਰੋ ਕਿੰਨੀ ਖੂਬਸੂਰਤ ਹੈ। ਬਾਕੀ ਵਾਈਟ ਦੇ, ਵਾਈਟ ਦੀਆਂ ਵੀ ਮਾਦੀਆਂ ਨੇ, ਇੱਕ ਮੀਰ ਦਾ ਨਾਲ ਨਿਕਲੇਗਾ, 2 ਮਾਦੀਆਂ ਨੇ। ਬਾਕੀ ਆਪਾਂ ਵਾਈਟ ਦੇ ਨੇ, ਇੱਕ ਜੋੜਾ ਬਲੈਕ ਸ਼ੋਲਡਰ ਦਾ, ਚੈੱਕ ਕਰੋ ਮਾਸ਼ਾਅੱਲਾ, ਸਾਰੇ ਸਾਫ਼ ਸੁਥਰੇ ਪੀਸ ਨੇ। ਪਾਲਣਾ ਇੰਨਾ ਮੁਸ਼ਕਿਲ ਕੰਮ ਨਹੀਂ ਹੈ, ਇਸੇ ਤਰ੍ਹਾਂ ਹੀ ਆਸਾਨੀ ਨਾਲ ਹੀ ਪਲ ਜਾਂਦੇ ਨੇ, ਬਸ ਥੋੜ੍ਹੀ ਜਿਹੀ ਕੇਅਰ ਕਰਨੀ ਪੈਂਦੀ ਹੈ। ਚਾਰ 5 ਮਹੀਨੇ ਤੋਂ ਬਾਅਦ ਆ ਜਾਂਦੇ ਨੇ ਸਾਲ ਦੇ ਪੱਠੀਆਂ ਪੱਠੇ, ਬਲੂ ਸ਼ੋਲਡਰ, ਬਲੈਕ ਸ਼ੋਲਡਰ, ਵਾਈਟ ਔਰ ਪਾਈਡ। ਕੁਆਲਿਟੀ ਚੈੱਕ ਕਰੋ ਮਾਸ਼ਾਅੱਲਾ, ਕਿੰਨਾ ਖੂਬਸੂਰਤ ਹੈ। ਮਾਦੀਆਂ ਇਸ ਤਰ੍ਹਾਂ ਦੀ ਚੈੱਕ ਕਰ ਲਓ, ਬੱਚਾ ਪਾਲਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ, ਕੋਈ ਇਹਦੇ ਵਿੱਚ ਲੌਜਿਕ ਨਹੀਂ, ਕੋਈ ਅਲਜਬਰੇ ਵਾਲਾ ਕੰਮ ਨਹੀਂ ਹੈ। ਅਸਲ ਵਿੱਚ ਇਹਦੇ 'ਚ 3 ਚੀਜ਼ਾਂ ਦਾ ਪ੍ਰੋਪਰ ਧਿਆਨ ਰੱਖਣਾ ਪੈਂਦਾ, ਇੱਕ ਟੈਂਪਰੇਚਰ, ਇੱਕ ਉਹਨਾਂ ਦੀ ਖੁਰਾਕ ਔਰ ਮੈਡੀਸਨ। ਮੈਡੀਸਨ ਦੇ ਵਿੱਚ ਇਹ ਨਹੀਂ ਕਿ ਓਵਰ ਮੈਡੀਸਨ ਹੀ ਹਰ ਵਕਤ ਦਿੱਤੀ ਰੱਖੋ, ਫਿਰ ਗਰੋਥ ਰੁਕ ਜਾਂਦੇ ਨੇ। ਓਵਰ ਮੈਡੀਸਨ ਨਹੀਂ ਦੇਣੀ ਚਾਹੀਦੀ, ਮੈਡੀਸਨ ਦਿਓ, ਮੈਡੀਸਨ ਤੁਹਾਨੂੰ 3 ਦੱਸ ਦੇਣਾ, 3 ਮੈਡੀਸਨ ਦਿਓ ਬੱਚਿਆਂ ਨੂੰ, ਔਰ ਅਲਹਮਦੁਲਿਲਾ ਤੁਹਾਡਾ ਬੱਚਾ ਨਾ ਬਿਮਾਰ ਹੋਏਗਾ, ਨਾ ਗਰੋਥ ਰੋਕੇਗਾ, ਔਰ ਨਾ ਹੀ ਚੁੰਝਲ ਮਾਰੇਗਾ। ਇੱਕ ਸੀਰਪ ਆਉਂਦਾ ਸੈਪਟਰਾਨ ਦਾ, ਸੈਪਟਰਾਨ ਦਾ ਐਂਟੀਬਾਇਓਟਿਕ ਸੀਰਪ, ਬੇਸਿਕਲੀ ਰੇਸ਼ਾ, ਬੁਖਾਰ ਔਰ ਦਰਦਾਂ ਨੂੰ ਕਵਰ ਕਰਦਾ। ਇੱਕ ਸੀਰਪ ਆਉਂਦਾ ਜੈਟੀਪਾਰ, ਜੈਟੀਪਾਰ ਆਉਂਦਾ ਜਿਗਰ ਵਾਲਾ, ਜੈਟੀਪਾਰ ਪਾ ਲਓ ਤਾਂ ਵੀ ਠੀਕ ਹੈ, ਲੈਦੋ ਵੇਟ ਪਾ ਲਓ ਤਾਂ ਵੀ ਠੀਕ ਹੈ, ਉਹ ਵੀ ਤਾਕਤ ਵਾਲਾ ਸੀਰਪ। 2 ਹੋ ਗਏ, ਦੋਵਾਂ ਦੇ ਵਿੱਚੋਂ ਤੁਹਾਡੀ ਆਪਣੀ ਚੋਇਸ ਇੱਕ ਕਰ ਲਓ। ਇੱਕ ਸੀਰਪ ਫਲੈਜਰ, ਫਲੈਜਰ ਸੀਰਪ ਹੁੰਦਾ
ਜਿਹੜਾ ਜਾਨਵਰ ਬਿੱਠਾਂ ਛਿੱਠਾਂ ਜਿਹੜਾ ਮਤਲਬ ਕਿ ਬਿੱਠਾਂ ਲੱਗ ਜਾਂਦੀਆਂ ਨੇ ਜਾਨਵਰਾਂ ਨੂੰ, ਜਾਨਵਰ ਸੁੱਕਣ ਲੱਗ ਪੈਂਦਾ ਉਹਨੂੰ ਕਵਰ ਕਰਦਾ, ਬੇਸਿਕਲੀ ਉਹ ਮੈਦੇ ਦਾ ਸੀਰਪ ਹੁੰਦਾ। ਠੀਕ ਹੋ ਗਿਆ, ਇਹ ਤਿੰਨ ਜਿਹੜੇ ਨੇ ਨਾ ਇਸਤੇਮਾਲ ਕਰੋ, ਸੈਪਟਰਾਨ, ਫਲੈਜਰ ਅਤੇ ਜੈਟੀਪਾਰ। ਮੈਂ ਵੀ ਇਹ ਤਿੰਨੋਂ ਸਿਰਪ ਹੀ ਇਸਤੇਮਾਲ ਕਰਨਾ ਵਾਂ। ਪਹਿਲਾਂ ਇੱਕ ਮਹੀਨਾ ਲਗਾਤਾਰ ਬੱਚਿਆਂ ਨੂੰ ਮੈਂ ਪ੍ਰੋਪਰ ਪਾਉਂਦਾ ਰਹਿੰਦਾ, ਔਰ ਅਲਹਮਦੁਲਿਲਾ ਨਾ ਹੀ ਮੇਰੇ ਬੱਚੇ ਗਰੋਥ ਰੋਕਦੇ ਨੇ, ਔਰ ਨਾ ਹੀ ਜਿਹੜਾ ਉਹ ਕਿਸੇ ਕਿਸਮ ਦੀ ਕਿਸੇ ਅਮਲ ਦੀ ਕੋਈ ਪਰੇਸ਼ਾਨੀ ਵਾਲੀ ਗੱਲ ਹੁੰਦੀ ਹੈ, ਨਾ ਹੀ ਬਿਮਾਰ ਵਗੈਰਾ ਹੁੰਦੇ ਨੇ। ਇਹ ਹੀ ਮੇਰੇ ਭਾਈ ਮੇਨ ਕੰਮ ਹੈ, ਔਰ ਮੈਂ 18 ਸਾਲਾਂ ਦੇ ਵਿੱਚ ਇਹੋ ਹੀ ਐਕਸਪੀਰੀਅੰਸ ਸਿੱਖਿਆ, ਔਰ ਮੈਂ ਇਹੀ ਪ੍ਰੋਪਰ ਕਰਨਾ ਵਾਂ ਅਲਹਮਦੁਲਿਲਾ। ਰੋਜ਼ੀ ਸੋਹਣੀ ਲੱਭ ਜਾਂਦੀ ਹੈ। ਤੁਸੀਂ ਮੇਰੇ ਭਾਈ ਜੇ ਅਗਰ ਬੱਚਾ ਪਾਉਣਾ, ਜਾਂ ਜਿੰਨਾ ਜੋੜਾ ਜੋੜਾ ਦੋ ਦੋ ਰੱਖੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ, ਇਹ ਤਿੰਨ ਸਿਰਪ ਲਿਆ ਕੇ ਮੇਰੇ ਭਾਈ ਪ੍ਰੋਪਰ ਇਸਤੇਮਾਲ ਕਰਾਓ, ਔਰ ਅਲਹਮਦੁਲਿਲਾ ਜਿਵੇਂ ਸਾਡਾ ਬੱਚਾ ਪਲਦਾ ਐਵੇਂ ਤੁਹਾਡਾ ਵੀ ਪਲੇਗਾ। ਹੋਰ ਇਹਨਾਂ ਵਿੱਚ ਕੋਈ ਅਲਜਬਰਾ ਨਹੀਂ, ਕੋਈ ਕਿਸੇ ਕਿਸਮ ਦੀ ਜਿਹੜੀ ਹੈ ਨਾ ਕੋਈ ਮੁਸ਼ਕਲ ਤੰਗੀ ਤਕਲੀਫ ਨਹੀਂ ਹੈ। ਬਾਕੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਲਾਜ਼ਮੀ ਕਰਨਾ ਹੈ। ਠੀਕ ਹੈ, ਮਿਲਦੇ ਹਾਂ ਨਈ ਵੀਡੀਓ 'ਚ। ਉਹਨਾਂ 'ਤੇ ਕਹਿੰਦੇ ਹੋ ਇਜਾਜ਼ਤ, ਅੱਲਾਹ ਹਾਫਿਜ਼।